ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿੱਥੇ ਲਗਾਤਾਰ ਪੁਲਿਸ ਪੱਬਾਂ ਪਾਰ ਹੋਈ ਹੈ ਉੱਥੇ ਹੀ ਹਰਿਕੇ ਹੈੱਡ ਦੇ ਉੱਪਰ ਜਿੱਥੇ ਅਮਰਤਪਾਲ ਦੇ ਸਮਰਥਕਾਂ ਵੱਲੋਂ ਅ ਜਿੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸ਼ਾਂਤਮਈ ਤਰੀਕੇ ਦੇ ਨਾਲ ਪੁਲਿਸ ਵੱਲੋਂ ਅੱਜ ਸਵੇਰੇ ਤੜਕਸਾਰ ਹੀ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਿ ਜਿਹੜੇ ਸਮਰਥਕ ਇੱਥੇ ਪਹੁੰਚੇ ਸਨ ਧਰਨਾ ਪ੍ਰਦਰਸ਼ਨ ਕਰ ਰਹੇ ਉਹਨਾਂ ਦੀਆਂ ਗੱਡੀਆਂ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਉਹਨਾਂ ਨੂੰ ਤੋੜ ਕੇ ਇਹਨਾਂ ਨੂੰ ਭਜਾਇਆ ਗਿਆ ਦੂਜੇ ਪਾਸੇ ਗੱਡੀਆਂ ਨੂੰ ਵੀ ਕਿਸ ਤਰ੍ਹਾਂ ਟੁੱਟੀਆਂ ਹੋਈਆਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਰੀਬ ਸਵੇਰੇ ਕੋਈ ਸਮਾਂ ਜਿਹੜਾ ਸਪਸ਼ਟ ਤੌਰ ਦੇ ਉੱਪਰ ਪਤਾ ਨਹੀਂ ਲੱਗ ਰਿਹਾ ਪਰ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਵੇਰੇ 5 ਤੋਂ ਲੈ ਕੇ 7 ਵਜੇ ਤੱਕ ਜਿਹੜਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਰਥਕ ਇੱਥੇ ਪਹੁੰਚੇ ਸਨ ਉਹਨਾਂ ਦੀਆਂ ਗੱਡੀਆਂ ਨੂੰ ਵੀ ਪੂਰੀ ਤਰ੍ਹਾਂ ਜਿਹੜਾ ਭੰਨ ਤੋੜ ਕੇ ਇੱਥੇ ਨਾਲ ਹੀ ਜਿਹੜੇ ਸਮਰਥਕ ਸਨ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਕਰੀਬ ਸੈਕੜੇ ਹੀ ਜਿਹੜੀ ਤਦਾਦ ਦੇ ਵਿੱਚ ਜਿਹੜੇ ਇੱਥੇ ਸਮਰਥਕ ਪਹੁੰਚੇ ਸਨ ਉਹਨਾਂ ਨੂੰ ਪੁਲਿਸ ਵੱਲੋਂ ਜਾਂ ਦੂਜੇ ਪਾਸੇ ਸੀਆਰਪੀਐਫ ਜਾਂ ਹੋਰ ਕੇਂਦਰੀ ਏਜੰਸੀਆਂ ਵੱਲੋਂ ਜਿੱਥੇ ਗ੍ਰਿਫਤਾਰ ਵੀ ਕੀਤਾ ਗਿਆ ਉੱਥੇ ਹੀ ਉਹਨਾਂ ਦੀ ਗੱਡੀ ਦੀ ਵੀ ਜਿਹੜੀ ਭੰਨ ਤੋੜ ਕੀਤੀ ਗਈ ਕਾਗਜ਼ੀ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਦੀ ਤਸਦੀਕ ਵੀ ਕੀਤੀ ਜਾ ਰਹੀ ਕਿ ਉਹ ਕਿਸ ਪਿੰਡ ਦੇ ਨੇਤੇ ਇੱਥੇ ਕਿਸ ਮਕਸਦ ਦੇ ਨਾਲ ਪਹੁੰਚੇ ਸਨ ਤਸਵੀਰਾਂ ਵੀ ਤੁਹਾਨੂੰ ਇੱਕ ਵਾਰ ਇਸ ਪੂਰੇ ਮਾਹੌਲ ਦੀਆਂ ਦਿਖਾ ਰਹੇ ਇਸ ਜਗ੍ਹਾ ਦੇ ਉੱਪਰ ਜਿੱਥੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਮਰਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਪੁਲਿਸ ਵੱਲੋਂ ਅਚਨਚੇਤ ਜਿਹੜੀ ਕਾਰਵਾਈ ਕੀਤੀ ਗਈ ਹੈ ਉਸ ਪੂਰੇ ਜਿਹੜੇ ਮੰਜ਼ਰ ਦਿਖਾ ਰਹੇ ਹਾਂ ਸਿਹਰੀ ਕੇ ਹੈਡ ਦੇ ਉੱਪਰ ਖੜਕੇ ਜਿੱਥੇ ਕਿ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਇਸ ਵਕਤ ਇੱਥੇ ਕੀ ਜਿਹੜਾ ਹਸਰ ਹੋਇਆ ਹੋਵੇਗਾ ਜਿਹੜੇ ਸਮਰਥਨ ਅਮਰਤਪਾਲ ਸਿੰਘ ਦਾ ਕਰ ਰਹੇ ਨੇ ਸਥਾਨਕ ਜਿਹੜੇ ਵਾਸੀ ਨੇ ਜਿਹੜੇ ਚਸ਼ਮਦੀਦ ਨੇ ਉਹ ਕੈਮਰੇ ਦੇ ਉੱਪਰ ਨਾ ਆਉਣ ਦੀ ਜਿਹੜੇ ਗਲਤੀ ਇਹ ਜਿਹੜੇ ਜਾਣਕਾਰੀ ਦੇ ਰਹੇ ਨੇ ਕਿ ਇਸ ਜਗ੍ਹਾ ਦੇ ਉੱਪਰ ਦਾ ਮੰਜ਼ਰ ਜਿਹੜਾ ਕਾਫੀ ਹੈਰਾਨ ਕਰ ਦੇਣ ਵਾਲਾ ਸੀ ਸਵੇਰੇ ਪੁਲਿਸ ਵੱਲੋਂ ਜਾਂ ਜਿਹੜੇ ਸੀਆਰਪੀਐਫ ਅਤੇ ਰੈਪਿਡ ਐਕਸ਼ਨ ਫੋਰਸ ਵੱਲੋਂ ਜਿਹੜੀ ਥਰੂ ਗੈਸ ਦੇ ਗੋਲੇ ਛੋਟੇ ਗੈਸ ਦੇ ਗਾ ਦੇ ਉੱਪਰ ਉੱਥੇ ਹੀ ਸਵੇਰ ਤੋਂ ਹੀ ਪਗੜੜ ਮਚਣੀ ਸ਼ੁਰੂ ਹੋ ਗਈ ਜਦੋਂ ਦੂਜੇ ਪਾਸੇ ਲਾਠੀ ਚਾਰਜ ਵੀ ਹੁੰਦਾ ਹੈ ਤਾਂ ਕਈ ਸਮਰਥਕ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਬੈਠ ਕੇ ਇੱਥੇ ਪ੍ਰਦਰਸ਼ਨ ਕਰ ਰਹੇ ਸੀ ਅਮਰਤਪਾਲ ਦੇ ਸਮਰਥਕ ਸਨ ਉਹ ਸਿੱਧੇ ਤੌਰ ਦੇ ਉੱਪਰ ਕਣਕਾਂ ਵੱਲ ਨੂੰ ਭੱਜ ਕੇ ਉਹਨਾਂ ਨੇ ਜਾਨ ਬਚਾਈ ਜਦਕਿ ਕਈ ਜਿਹੜੇ ਸੈਂਕੜੇ ਪੁਲਿਸ ਤੇ ਹੋਰ ਏਜੰਸੀਆਂ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਨਾਲ ਹੀ ਇੱਥੇ ਇਹ ਦੱਸਣਯੋਗ ਹੈ ਕਿ ਕਰੀਬ 100 ਤੋਂ ਵਿਵਾਦ ਜਿਹੜੇ ਇੱਥੇ ਵਾਹਨ ਇਸ ਜਗ੍ਹਾ ਦੇ ਉੱਪਰ ਖੜੇ ਸਨ ਸਮਰਥਕਾਂ ਦੇ ਉਹਨਾਂ ਨੂੰ ਜਿਹੜਾ ਜ਼ਬਤ ਕਰਦੇ ਹੋਏ ਸਿੱਧੇ ਤੌਰ ਦੇ ਉੱਪਰ ਥਾਣੇ ਦੇ ਵਿੱਚ ਲਜਾਇਆ ਗਿਆ ਸੋ ਕਿਤੇ ਨਾ ਕਿਤੇ ਇਹ ਜਿਹੜਾ ਕਾਰਵਾਈ ਜਿਹੜੀ ਦਾ ਮੰਜ਼ਰ ਜਿਹੜਾ ਕਾਫੀ ਹੈਰਾਨ ਕਰ ਦੇਣ ਵਾਲਾ ਸੀ ਇੱਥੇ ਸੋ ਗੱਡੀਆਂ ਅਜੇ ਵੀ ਇੱਥੇ ਲੱਗੀਆਂ ਹੋਈਆਂ ਨੇ ਕਈ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਗੱਡੀਆਂ ਜਿਹੜੀਆਂ ਆ ਉਹਨਾਂ ਨੂੰ ਜ਼ਬਤ ਕਰਕੇ ਥਾਣੇ ਦੇ ਵਿੱਚ ਵੀ ਲਜਾਇਆ ਗਿਆ ਪੱਕਾ ਮੋਰਚਾ ਲਗਾ ਕੇ ਇੱਥੇ ਸਿੱਖ ਦਸਤੇਬੰਦੀਆਂ ਜਿਹੜੀਆਂ ਖੜੀਆਂ ਸਨ ਉਹਨਾਂ ਦਾ ਕਹਿਣਾ ਹੈ ਕਿ ਉਹ ਅਮਰਪਾਲ ਸਿੰਘ ਦਾ ਸਮਰਥਨ ਕਰ ਰਹੀਆਂ ਨੇ ਜਿਸ ਤੋਂ ਬਾਅਦ ਇਹ ਕਾਰਵਾਈ ਪੁਲਿਸ ਵੱਲੋਂ ਜੇ ਅਤੇ ਸੀਆਰਪੀਐਫ ਦੀਆਂ ਰੈਪਿਡ ਐਕਸ਼ਨ ਫੋਰਸ ਵੱਲੋਂ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਥਰੂ ਗੈਸ ਕੋਲੇ ਜਿਹੜੇ ਸਵੇਰੇ ਸੁੱਟ ਕੇ ਉਹਨਾਂ ਨੂੰ ਜਿਹੜੇ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਜਦਕਿ ਬਾਹਦ ਦੇ ਵਿੱਚੋਂ ਸਥਾਨਕ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਇੱਥੇ ਪੁਲਿਸ ਫੋਰਸ ਅਜੇ ਵੀ ਤਣਾਤ ਹੈ ਸੜਕਾਂ ਦੇ ਉੱਪਰ ਜਿਹੜੇ ਗੱਡੀਆਂ ਦੇ ਸ਼ੀਸ਼ੇ ਖਿਲਰੇ ਇਸ ਮੰਜ਼ਰ ਨੂੰ ਬਿਆਨ ਕਰ ਰਹੇ ਨੇ ਕਿ ਸਵੇਰੇ ਕੀ ਇੱਥੇ ਵਾਪਰਿਆ ਹੋਵੇਗਾ ਕੱਪੜੇ ਵੀ ਲੋਕਾਂ ਦੇ ਜਿਹੜੇ ਗੱਡੀਆਂ ਦੇ ਵਿੱਚ ਹੀ ਜਿਹੜੇ ਸਮਰਥਕ ਨੇ ਉਹਨਾਂ ਦੇ ਪਾਏ ਹੋਏ ਨੇ ਇੱਕ ਵਾਰ ਤਸਵੀਰਾਂ ਦਿਖਾ ਰਹੇ ਹਨ ਥਰੂ ਗੈਸ ਦੇ ਗੋਲੇ ਇਸ ਜਗ੍ਹਾ ਦੇ ਉੱਪਰ ਛੁੱਟੇ ਗਏ ਸੀ ਜਿਸ ਦੀਆਂ ਤਸਵੀਰਾਂ ਸਾਫ਼ ਤੇ ਸਪਸ਼ਟ ਇਸ ਜਗ੍ਹਾ ਦੇ ਉੱਪਰ ਦਿਸ ਰਿਹਾ ਨੇ ਕਿ ਇਹ ਪੁਲਿਸ ਵੱਲੋਂ ਇਸ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਦੀ ਕੋਸ਼ਿਸ਼ ਜਰੂਰ ਕੀਤੀ ਹੈ ਤਾਂ ਇਸ ਜਗ੍ਹਾ ਦੇ ਉੱਪਰ ਰੈਪ੍ਰੋਡੇਕਸ਼ਨ ਫੋਰਸ ਵੱਲੋਂ ਇਹ ਥਰੂ ਗੈਸ ਦੇ ਗੋਲੇ ਸੁੱਟੇ ਗਏ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਜ਼ੋਰ ਦੀਆਂ ਆਵਾਜ਼ਾਂ ਕਰੀਬ ਸਵੇਰ ਤੋਂ ਹੀ ਹੋਣੀਆਂ ਸ਼ੁਰੂ ਹੋ ਗਈਆਂ ਸਨ ਪਰ ਸਾਨੂੰ ਇਸ ਜਗ੍ਹਾ ਦੇ ਉੱਪਰ ਦੁਕਾਨਾਂ ਵੀ ਖੋਲਣ ਤੋਂ ਮਨਾ ਕਰ ਦਿੱਤਾ ਗਿਆ ਕਿਤਨਾ ਕਿਤੇ ਜੋ ਹਾਲਾਤ ਜੋ ਮੰਜ਼ਰ ਇਸ ਜਗ੍ਹਾ ਦੇ ਉੱਪਰ ਦਿਖ ਰਿਹਾ ਹੈ ਕਿ ਕਿਵੇਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਹੋਵੇਗਾ ਕੈਮਰਾ ਪਰਸਨ ਸਕੰਦਰ ਦੇ ਨਾਲ ਮਨਜੋਤ ਸਿੰਘ এবੀਪੀ ਸਾਂਝਾ ਹਰੀਕੇ